ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਜ ਇੱਕ ਦੀਸ਼ਕ ਕਮੋਜ਼ ਤੇ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਕਈ ਦਿਨਾਂ ਤੋਂ ਸੰਘਰਸ਼ ਜਾਰੀ ਹੈ ਟਿੱਕਰੀ ਬਾਰਡਰ ਤੇ ਕਿਸਾਨਾਂ ਵੱਲੋਂ ਕਈ ਦਿਨਾਂ ਤੋਂ ਧਰਨਾ ਜਿਹੜਾ ਹੈ ਉਹ ਲਾਇਆ ਗਿਆ ਹੈ ਇਸ ਅंदोलਨ ਵਿੱਚ ਫਿਲਮੀ ਅਦਾਕਾਰ ਗਾਇਕ ਹੋਰ ਜਿਹੜੇ ਆਗੂ ਨੇ ਉਹ ਆਪਣਾ ਯੋਗਦਾਨ ਪਾ ਰਹੇ ਹਨ ਤੇ ਕਿਸਾਨਾਂ ਦੇ ਜਿਹੜੇ ਹੌਸਲੇ ਨੇ ਉਹ ਵਧਾਰੇ ਹਨ ਇਸੇ ਤਰ੍ਹਾਂ ਹੀ ਫਿਲਮੀ ਅਦਾਕਾਰ ਮਲਕੀਤ ਸਿੰਘ ਜੀ ਰੌਣੀ ਜਿਨ੍ਹਾਂ ਨੂੰ ਤੁਸੀਂ ਅਕਸਰ ਫਿਲਮਾਂ ਦੇ ਵਿੱਚ ਦੇਖਦੇ ਹੋ ਉਹ ਵੀ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ ਇਸੇ ਇਸ ਮੌਕੇ ਟਿੱਕਰੀ ਬਾਰਡਰ ਤੇ ਮੌਜੂਦ ਹਨ ਮਲਕੀਤ ਸਿੰਘ ਜੀ ਰੌਣੀ ਉਹ ਕਿਸਾਨਾਂ ਨੂੰ ਮਿਲ ਰਹੇ ਹਨ ਕਿਸਾਨ ਬੀਬੀਆਂ ਨੂੰ ਮਿਲ ਰਹੇ ਹਨ ਹੌਸਲੇ ਉਹਨਾਂ ਦੇ ਵਧਾਰੇ ਹਨ ਬਈ ਕੈਮਰਾਮੈਨ ਨੂੰ ਕਹਾਗਾ ਕਿ ਉਹ ਦਿਖਾਉਣਗੇ ਕਿ ਇਸ ਟਾਈਮ ਬਲਕੀਤ ਸਿੰਘ ਜੀ ਰੌਣੀ ਜਿਹੜੇ ਹਨ ਅਦਾਕਾਰ ਫਿਲਮੀ ਅਦਾਕਾਰ ਉਹ ਬੀਬੀਆਂ ਨੂੰ ਕਿਸਾਨ ਬੀਬੀਆਂ ਨੂੰ ਮਿਲ ਰਹੇ ਹਨ ਤੇ ਕਿਸਾਨ ਬੀਬੀਆਂ ਕਈ ਦਿਨਾਂ ਤੋਂ ਕਿਸਾਨ ਮਰਦ ਔਰਤ ਮਰਦਾਂ ਨਾਲ ਬੋਡੇ ਨਾਲ ਬੋਡੇ ਲਾ ਕੇ ਇੱਥੇ ਟਿੱਕਰੀ ਬਾਰਡਰ ਦੇ ਉੱਤੇ ਵਜੂਦ ਹਨ ਅਤੇ ਇਸ ਅਦੋਲਨ ਨੂੰ ਕਾਬਜਾਬ ਕਰਨ ਲਈ ਉਹਨਾਂ ਨਾਲ ਦਿਨ ਰਾਤ ਇੱਥੇ ਖੜੀਆਂ ਹਨ ਅਤੇ ਤੁਸੀਂ ਦੇਖ ਰਹੇ ਹੋ ਇਸ ਤੇ ਦੇਖ ਸਕਦੇ ਹੋ ਕਿ ਬਲਕੀਤ ਸਿੰਘ ਜੀ ਰੌਣੀ ਉਹੋ ਮਿਲ ਰਹੇ ਹਨ ਕਿਸਾਨਾਂ ਨੂੰ ਤੇ ਉਹਨਾਂ ਨਾਲ ਅਸੀਂ ਵੀ ਗੱਲਬਾਤ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਕਦੋਂ ਤੋਂ ਉਹ ਇੱਥੇ ਆਏ ਹੋਏ ਹਨ ਤੇ ਇਸ ਤੋਂ ਪਹਿਲਾਂ ਕਿੰਨੀ ਵਾਰ ਇਸ ਅੰਦੋਲਨ ਦੇ ਵਿੱਚ ਉਹ ਪਹੁੰਚ ਚੁੱਕੇ ਹਨ ਹਾਂਜੀ ਸਵਾਗਤ ਹੈ ਜੀ ਤੁਹਾਡਾ ਜੀਤ ਵੈਬ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਜੀਤ ਵੈਬ ਟੀਵੀ ਦੇਖਦਿਆਂ ਨੂੰ ਮੇਰੇ ਵੱਲੋਂ ਮਲਕੀਤ ਰੌਣੀ ਪਰਿਵਾਰ ਪਰਿ ਸასი ਸ਼ਾਲ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੇ ਕਿਸਾਨ ਭਰਾ ਪਿਛਲੇ ਜਿਹੜੇ 3 ਮਹੀਨਿਆਂ ਤੋਂ ਇੱਥੇ ਡਟੇ ਹੋਏ ਨੇ ਪਹਿਲਾਂ 2 ਮਹੀਨੇ ਅਸੀਂ ਰੇਲਾਂ ਦੀਆਂ ਪੱੜੀਆਂ ਤੇ ਬੈਠੇ ਟੋਲ ਪਲਾਜ਼ਾਂ ਤੇ ਬੈਠੇ ਰਹੇ ਹੁਣ 1.5 ਮਹੀਨਾ ਸਾਨੂੰ ਇੱਥੇ ਹੋ ਗਿਆ 1 ਮਹੀਨੇ ਤੋਂ ਉੱਪਰ ਹੋ ਗਿਆ ਸੋ ਅੱਜ ਜਿਹੜਾ ਸੰਘਰਸ਼ ਹੈ ਪੂਰਾ ਪੀਕ ਤੇ ਪਹੁੰਚਿਆ ਹੋਇਆ ਹੈ ਇਹ ਹੱਕਾਂ ਦੀ ਲੜਾਈ ਹੈ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਸੀ ਲੋਕ ਇਹ ਗੱਲਾਂ ਕਰਦੇ ਸੀ ਕਿ ਕਿਸਾਨਾਂ ਦਾ ਅੰਦੋਲਨ ਹੈ ਪਰ ਮੈਂ ਸਮਝਦਾ ਇਹ ਸਾਡੇ ਪੂਰੇ ਸਮਾਜ ਦਾ ਅੰਦੋਲਨ ਹੈ ਵੱਖ-ਵੱਖ ਸਮਾਜ ਦੇ ਜਿਹੜੇ ਵਰਗ ਨੇ ਬੇਸ਼ੱਕ ਕਿ ਕਿਸਾਨੀ ਨੇ ਅੰਦੋਲਨ ਸ਼ੁਰੂ ਕੀਤਾ ਪਰ ਅੱਜ ਬਖ ਬਖ ਲੋਕਾਂ ਦਾ ਸਮਰਥਨ ਹੈ ਸਾਰੇ ਸਮਾਜ ਦੇ ਵਿੱਚੋਂ ਚਾਹੇ ਕੋਈ ਦੁਕਾਨਦਾਰ ਭਰਾ ਹੋਵੇ ਚਾਹੇ ਕੋਈ ਮੁਲਾਜ਼ਮ ਭਰਾ ਹੋਵੇ ਜਾਂ ਦੂਜੇ ਸਾਡੇ ਕਿਤੇ ਕਰਨ ਵਾਲੇ ਲੋਕ ਨੇ ਉਹ ਸਾਰਿਆਂ ਨੇ ਸਮਰਥਨ ਦਿੱਤਾ ਕੱਲ ਬਖ ਬਖ ਜਿਹੜੇ ਬਾਰਡਰ ਨੇ ਦਿੱਲੀ ਦੇ ਇਹਨਾਂ ਬਾਰਡਰਾਂ ਦੇ ਉੱਤੇ ਕਿਸਾਨ ਔਰਤ ਦਿਵਸ ਮਨਾਇਆ ਗਿਆ ਸਾਡੀਆਂ ਭੈਣਾਂ ਸਾਡੇ ਨਾਲ ਸਾਡੀਆਂ ਮਾਤਾਵਾਂ ਸਾਡੀਆਂ ਬੱਚੀਆਂ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ ਸੋ ਇਹ ਜਿਹੜੀ ਸਰਕਾਰ ਹੈ ਤਾਨਾਸ਼ਾ ਸਰਕਾਰ ਹੈ ਇਹਨਾਂ ਨੇ ਆਪਣੀ ਜ਼ਬਰ ਜ਼ੁਲਮ ਕਰਦੇ ਹੋਏ ਹਰ ਵਰਗ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਰੇਸ਼ਾਨ ਕੀਤਾ ਅਲਗ-ਅਲਗ ਤਰੀਕਿਆਂ ਦੇ ਨਾਲ ਸੋ ਚਾਹੇ ਉਹ ਧਾਰਾ 370 ਸੀ ਚਾਹੇ ਉਹ ਮੰਦਰ ਮਾਜੇ ਦਾ ਮਸਲਾ ਸੀ ਚਾਹੇ ਉਹ ਸ਼ਹੀਨ ਬਾਗ ਦਾ ਮੋਰਚਾ ਸੀ ਸਾਰਿਆਂ ਤੇ ਸਰਕਾਰ ਨੂੰ ਹੀ ਲੱਗਦਾ ਸੀ ਕਿ ਸਾਡੇ ਖਿਲਾਫ ਕੋਈ ਬੋਲਿਆ ਨਹੀਂ ਤੇ ਨਾ ਹੀ ਖਲਾਫ ਕੋਈ ਬੋਲਣ ਵਾਲਾ ਸਾਡੀ ਮੁਖਾਲਫਤ ਕਰਨ ਵਾਲਾ ਕੋਈ ਬੰਦਾ ਹੈ ਹਿੰਦੁਸਤਾਨ 'ਚ ਪਰ ਜਦੋਂ ਕਿਉਂਕਿ ਕਿਸਾਨੀ ਪਹਿਲਾਂ ਤੋਂ ਹੀ ਮਾਰਾਂ ਚੱਲ ਰਹੀ ਸੀ ਸਰਕਾਰਾਂ ਦੀਆਂ ਸਾਡੇ ਕਿਸਾਨ ਪਹਿਲਾਂ ਤੋਂ ਹੀ ਖੁਦਕੁਸ਼ੀਆਂ ਕਰਦੇ ਸੀ ਕਰਜ਼ੇ ਥੱਲੇ ਸੀ ਪਰ ਇਹ ਬਲਦੀ ਤੇ ਤੇਲ ਪਾਇਆ ਗਿਆ ਜਿਹੜੇ ਇਹ ਤਿੰਨ ਕਾਨੂੰਨ ਸਾਡੇ ਖਿਲਾਫ ਲਿਆਂਦੇ ਗਏ ਨੇ ਸੋ ਅੱਜ ਅਸੀਂ ਇੱਥੇ ਬੈਠੇ ਆ ਅਸੀਂ ਪੂਰੇ ਸਾਡੇ 1.5 ਇਰਾਦੇ ਨੇ ਮੈਂ ਤੁਹਾਡੇ ਮਾਧਮ ਰਾਹੀਂ ਧੰਨਵਾਦ ਕਰਨਾ ਚਾਹੁੰਨਾ ਸਾਡੇ ਆਗੂ ਸਹਿਬਾਨਾਂ ਦਾ ਜਿਨ੍ਹਾਂ ਨੇ ਬੜੀ ਸੱਚੀ ਅਗਵਾਈ ਦੇ ਨਾਲ ਇਸ ਘੋਲ ਨੂੰ ਦੁਨੀਆ ਦੇ ਵੱਡੇ ਘੋਲਾਂ ਵਿੱਚ ਸ਼ਾਮਲ ਕੀਤਾ ਪੂਰੇ ਜਾਬਤੇ ਦੇ ਨਾਲ ਰਹਿ ਕੇ ਸ਼ਾਮਲ ਕੀਤਾ ਦੂਜਾ ਮੈਂ ਧੰਨਵਾਦ ਕਰਨਾ ਚਾਹੁੰਨਾ ਹੈ ਪੰਜਾਬ ਦੇ ਸੋਸ਼ਲ ਮੀਡੀਆ ਦਾ ਤੁਹਾਡਾ ਸਾਰੇ ਪ੍ਰੈਸ ਵਾਲੇ ਲੋਕਾਂ ਦਾ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਬਹੁਤ ਵੱਡਾ ਕੀਤਾ ਕਿਉਂਕਿ ਜਿਹੜਾ ਨੈਸ਼ਨਲ ਮੀਡੀਆ ਗੋਦੀ ਮੀਡੀਆ ਉਹ ਸਾਨੂੰ ਕਿਤੇ ਨਹੀਂ ਦਿਖਾ ਰਿਹਾ ਉਹ ਸਾਡੇ ਖਿਲਾਫ बोल ਰਿਹਾ ਸਾਡੇ ਖਿਲਾਫ ਭੋਗਤ ਰਿਹਾ ਉਹ ਕਹਿ ਰਿਹਾ ਕਿ ਕਿਸਾਨ ਤਾਂ ਪੀਜੇ ਖਾ ਰਹੇ ਨੇ ਕਿਸਾਨ ਇੱਥੇ ਪਿਕਨਿਕ ਮਨਾ ਰਹੇ ਨੇ ਸੋ ਬਹੁਤ ਸਾਰੇ ਬੀਜਪੀ ਦੇ ਆਗੂ ਵੀ ਇਹ ਗੱਲਾਂ ਕਹਿੰਦੇ ਨੇ ਮੈਂ ਉਹਨਾਂ ਨੂੰ ਸਾਰੇ ਪੰਜਾਬ ਦੇ ਕਿਸਾਨਾਂ ਵੱਲੋਂ ਸਾਰੇ ਅੰਦੋਲਨ ਤੇ ਬੈਠੇ ਯੋਧਿਆਂ ਵੱਲੋਂ ਸਾਰੀਆਂ ਬੀਬੀਆਂ ਪਣਾ ਵੱਲੋਂ ਫਿੱਟ ਲਾਣ ਤਾਂ ਭੇਜਦਾ ਜਿਹੜੇ ਬੰਦੇ ਇਹ ਕਹਿੰਦੇ ਨੇ 150 ਤੋਂ ਵੱਧ ਬੰਦੇ ਸ਼ਹੀਦ ਹੋ ਗਏ ਰੋਜ਼ ਦੀ ਇੱਕ ਐਵਰੇਜ ਹੈ ਬੰਦਾ ਇੱਕ ਸ਼ਹੀਦ ਹੁੰਦਾ ਇੱਥੇ ਤੇ ਉਹ ਸਾਨੂੰ ਇਹ ਕਹਿੰਦੇ ਨੇ ਕਿ ਅਸੀਂ ਪਿਕਨਿਕ ਮਨਾਉਣਾ ਆਉਂਦੇ ਆ ਕਿਸੇ ਨੇ ਬਹੁਤ ਖੂਬ ਕਿਹਾ ਵੀ ਕਿਸੇ ਲੀਡਰ ਦਾ ਪੁੱਤ ਮਰਿਆ ਨਹੀਂ ਸਰਹੱਦਾਂ ਤੇ ਮਰਦੇ ਲੋਕ ਵਿਚਾਰੇ ਨੇ ਭੁੱਖਾਂ ਦੇ ਮਾਰੇ ਸੋ ਇਹਨਾਂ ਅਫਸਰਾਂ ਦਾ ਇਹਨਾਂ ਲੀਡਰ ਸਾਹਿਬਾਨਾਂ ਦਾ ਕੋਈ ਧੀ ਪੁੱਤ ਬਾਰਡਰਾਂ ਤੇ ਜਾ ਕੇ ਨਾ ਲੜਿਆ ਨਾ ਮਰਿਆ ਇਹਨਾਂ ਨੂੰ ਪਤਾ ਨਹੀਂ ਕਿ ਕੀ ਦੁੱਖ ਦਰਦ ਹੁੰਦਾ ਸਾਡੇ ਧੀ ਪੁੱਤ ਨੇ ਸਾਡੇ ਬਾਪ ਦਾਦੇ ਚਾਚੇ ਤਾਏ ਨੇ ਜਿਹੜੇ ਇੱਥੋਂ ਸ਼ਹੀਦ ਹੋ ਕੇ ਜਾਂਦੇ ਨੇ ਸਾਨੂੰ ਪਤਾ ਜਿਹਦੇ ਘਰ ਵਿੱਚੋਂ ਇੱਕ ਬੰਦਾ ਚਲੇ ਜਾਂਦਾ ਕਦੇ ਉਹਨੇ ਮੁੜ ਕੇ ਨਹੀਂ ਆਉਣਾ ਉਹਦੀ ਕੀ ਅਹਿਮੀਅਤ ਹੈ ਉਹਦਾ ਕੀ ਦਰਦ ਹੈ ਕੀ ਦੁੱਖ ਹੈ ਸਾਰੇ ਅੰਦੋਲਨ ਇੱਡਾ ਵੱਡਾ ਹੋ ਚੁੱਕਿਆ ਲੋਕਾਂ ਨੇ ਉਹਨਾਂ ਕੁਰਬਾਨੀਆਂ ਨੂੰ ਸਬਕਾਰ ਕਰ ਲਿਆ ਉਹਨਾਂ ਘਰਾਂ ਨੇ ਕਿਹਾ ਕਿ ਸਾਡੇ ਬੰਦੇ ਕੁਰਬਾਨੀਆਂ ਦੇ ਗਏ ਅਸੀਂ ਇਹਨਾਂ ਕੁਰਬਾਨੀਆਂ ਦਾ ਮੁੱਲ ਲੈਣਾ ਚਾਹੁੰਦੇ ਹਾਂ ਸਾਨੂੰ ਇਹਨਾਂ ਕੁਰਬਾਨੀਆਂ ਦਾ ਮੁੱਲ ਮੋੜਨਾ ਚਾਹੀਦਾ ਹੈ ਸੰਘਰਸ਼ ਜਿੱਤ ਕੇ ਹੋਣਾ ਚਾਹੀਦਾ ਸੋ ਅੱਜ ਵੀ ਸਾਡੇ 80-80 ਸਾਲਾਂ ਦੇ ਬਜ਼ੁਰਗ 70 ਸਾਲਾਂ ਦੇ ਬਜ਼ੁਰਗ ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਕਿ ਬਾਪੂ ਜੀ ਜੇ ਤੁਸੀਂ ਢਿੱਲੇ ਮੱਠੇ ਹੋ ਮਾਤਾ ਜੀ ਤੁਸੀਂ ਢਿੱਲੇ ਮੱਠੇ ਹੋ ਤਾਂ ਪੰਜਾਬ ਚਲੇ ਜਾਓ ਫਿਰ ਤੁਸੀਂ ਮੁੜ ਕੇ ਆ ਜਾਓ ਤਾਂ ਸਾਡੇ ਵਿੱਚ ਇਹ ਸਾਡੇ ਬਜ਼ੁਰਗ ਸਾਨੂੰ ਜੋਸ਼ ਦਿੰਦੇ ਨੇ ਇਹ ਕਹਿੰਦੇ ਨੇ ਕਿ ਜਾਂ ਅਸੀਂ ਸੰਘਰਸ਼ ਜਿੱਤ ਕੇ ਜਾਵਾਂ ਐਵੇਂ ਕੋਈ ਮਜ਼ਾਕ ਦੀ ਗੱਲ ਨਹੀਂ ਜਥੇਬੰਦੀਆਂ ਨੇ ਸੰਘਰਸ਼ ਦੀ ਕਾਲ ਦਿੱਤੀ ਸੀ ਇਹ ਜਥੇਬੰਦੀਆਂ ਦਾ ਆਪਣਾ ਇੱਕ ਇਤਿਹਾਸ ਹੈ ਇਹਨਾਂ ਕੋਲਾਂ ਤੋਂ ਪਹਿਲਾਂ ਵੀ ਜਥੇਬੰਦੀਆਂ ਦੇ ਬੰਦੇ ਸ਼ਹੀਦ ਹੋਏ ਬੰਦਿਆਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਜਥੇਬੰਦੀਆਂ ਬਣੀਆਂ ਜਥੇਬੰਦੀਆਂ ਦੀ ਆਪਣੀ ਕੋਈ ਸੋਚ ਹੈ ਆਪਣੀ ਫਲਸਫੀ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਸੀ ਜਿਹੜੀ ਸਾਡੀ ਕਲਾਕਾਰਾਂ ਦੀ ਗੱਲ ਹੈ ਮੈਂ ਅਕਸਰ ਕਹਿੰਦਾ ਹੁੰਨਾ ਕਿ ਜਿਹੜੇ ਕਲਾਕਾਰ ਹਨ ਕਦੇ ਕਿਸੇ ਫੈਕਟਰੀ 'ਚ ਨਹੀਂ ਬਣਦੇ ਇਹ ਕਲਾਕਾਰ ਸਾਨੂੰ ਇਹਨਾਂ ਲੋਕਾਂ ਨੇ ਬਣਾਇਆ ਸਾਨੂੰ ਲੋਕਾਂ ਨੇ ਕਿਹਾ ਕਿ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋ ਬਹੁਤ ਸੋਹਣੇ ਕਲਾਕਾਰ ਹੋ ਇਹਨਾਂ ਨੇ ਸਾਡੇ ਨਾਮਾਂ ਦੇ ਨਾਮਾਂ ਦੇ ਨਾਮ ਅਗਰ ਸਾਡੇ ਕਲਾਕਾਰ ਸ਼ਬਦ ਲਾਇਆ ਅਸੀਂ ਵੀ ਸਧਾਰਨ ਪਰਿਵਾਰਾਂ ਜੰਮੇ ਪਲੇ ਆਂ ਖੇਤੀਬਾੜੀ ਕਰਨ ਵਾਲੇ ਹੁਣ ਵੀ ਕਰਦੇ ਆਂ ਸਾਨੂੰ ਇਹਨਾਂ ਨੇ ਜਦੋਂ ਇੰਨਾ ਪਿਆਰ ਦਿੱਤਾ ਹੈ ਫਿਰ ਸਾਡਾ ਫਰਜ਼ ਬਣਦਾ ਜੇ ਲੋਕ ਦੁੱਖੀ ਦੁਖੀ ਚ ਨੇ ਲੋਕ ਦੁੱਖ ਤਕਲੀਫਾਂ ਚ ਬੈਠੇ ਨੇ ਠੰਡ ਚ ਬੈਠੇ ਨੇ ਬਾਰਡਰਾਂ ਤੇ ਬੈਠੇ ਨੇ ਇੱਥੇ ਟਰਾਲੀਆਂ 'ਚ ਸੌਂਦੇ ਨੇ ਸਾਡਾ ਫਰਜ਼ ਬਣਦਾ ਨੇ ਨਾਲ ਆ ਕੇ ਬੈਠੀਏ ਨਾਲ ਆ ਕੇ ਸੋਈਏ ਨਾਲ ਆ ਕੇ ਇਹਨਾਂ ਦੀ ਹਮਾਇਤ ਕਰੀਏ ਸੋ ਇਹ ਜਿਹੜਾ ਵਿਸ਼ਾ ਹੈ ਜਿਹੜੀ ਗੱਲ ਸਰ ਸਰਕਾਰ ਦੇ 10 ਬੰਦੇ ਪ੍ਰਚਾਰ ਕਰਦੇ ਸੀ ਕਿ ਇਹ ਕਿਸਾਨ ਅਨਪੜ ਲੋਕ ਨੇ ਇਹਨਾਂ ਨੂੰ ਪਤਾ ਨਹੀਂ ਕਿ ਬਿਲਤਨ ਦੇ ਹੱਕ 'ਚ ਨੇ ਅਸੀਂ ਜਥੇਬੰਦੀਆਂ ਨੇ ਵੀ ਕਿਹਾ ਕਿ ਤੁਸੀਂ ਸਾਨੂੰ ਆ ਕੇ ਸਮਝਾਓ ਕਿ ਕੀ ਸਾਡੇ ਹੱਕ 'ਚ ਹੈ ਸਾਡੇ ਬਾਪ ਦਾਦੇ ਸਾਡੇ ਪੁਰਖੇ ਖੇਤੀਆਂ ਕਰਦੇ ਮਰ ਗਏ ਖੇਤੀ ਬਾਰੇ ਸਾਨੂੰ ਪਤਾ ਕਿ ਇਹਨਾਂ ਨੂੰ ਪਤਾ ਜਿਨ੍ਹਾਂ ਲੋਕਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲਿਆ ਕਿ ਗਾਂ ਦਾ ਮੂਤ ਪੀਣਾ ਹੈ ਕਿ ਗਾਂ ਦਾ ਦੁੱਧ ਪੀਣਾ ਹੈ ਉਹ ਸਾਨੂੰ ਸਮਝਾ ਰਹੇ ਨੇ ਖੇਤੀ ਕੀ ਹੁੰਦੀ ਹੈ ਸੋ ਖੇਤੀ ਦੇ ਕੀ ਫਾਇਦੇ ਨੇ ਕੀ ਨੁਕਸਾਨੇ ਸਾਨੂੰ ਪਤਾ ਸਾਨੂੰ ਪੁੱਛੋ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਮੁਜ਼ਾਰਿਆਂ ਤੋਂ مالک ਬਣਾਇਆ ਖੇਤਾਂ ਦੇ ਇਹ ਕੌਣ ਹੁੰਦੇ ਨੇ ਸਾਡੇ ਖੇਤ ਖੋਣ ਵਾਲੇ ਇਹ ਕੌਣ ਹੁੰਦੇ ਨੇ ਡਿਸਾਈਡ ਸਾਡੀਆਂ ਫਸਲਾਂ ਦੇ ਮੁੱਲ ਡਿਸਾਈਡ ਕਰਨ ਵਾਲੇ ਸੋ ਇੱਕ ਕਹਾਣੀ ਵੰਡਾ ਇੱਕ ਪੂਰਾ ਦੂਜਾ ਪਾਸਾ ਇੱਕ ਲੋਕ ਨੇ ਇੱਕ ਪਾਸੇ ਜੋਕਾਂ ਨੇ ਹੈ ਜਿਹੜੀਆਂ ਸਾਡੇ ਸਮਾਜ ਨੂੰ ਚੰਬੜੀਆਂ ਹੋਈਆਂ ਨੇ ਉਹ ਜੋਕਾਂ ਤੋੜਨ ਆਏ ਆ 26 ਜਨਵਰੀ ਦੀ ਕਾਲ ਦਿੱਤੀ ਹੈ ਸਾਡੇ ਕਿਸਾਨਾਂ ਨੇ ਜਥੇਬੰਦੀਆਂ ਨੇ ਕਿ 26 ਜਨਵਰੀ ਨੂੰ ਕਿਸਾਨ ਪ੍ਰੇਡ ਹੋਊਗੀ ਅਸੀਂ ਦੱਸਾਂਗੇ ਗਣਤੰਤਰ ਦਾ ਦਿਵਸ ਕੀ ਹੁੰਦਾ ਉਧਰ ਉਹ ਜai ਜਵਾਨ ਦੇ ਨਾਰੇ ਲਾਉਣਗੇ ਅਸੀਂ ਜai ਕਿਸਾਨ ਦਾ ਨਾਰਾ ਲਾਉਂਗੇ ਕਿਉਂਕਿ ਜੇ ਬਾਰਡਰਾਂ ਦੇ ਉੱਤੇ ਸੁਰੱਖਿਆਤ ਲਈ ਸਾਨੂੰ ਸੁਰੱਖਿਆ ਮਹਿਸੂਸ ਕਰਨ ਲਈ ਸਾਡੇ ਮੁਲਕ ਦੀ ਸੁਰੱਖਿਆ ਲਈ ਜੇ ਜਵਾਨ ਜ਼ਰੂਰੀ ਹੈ ਬਾਰਡਰ ਦੇ ਉੱਤੇ ਰਫ ਲੈ ਕੇ ਬੈਠਣਾ ਤਾਂ ਅਸੀਂ ਸਮਝਦੇ ਹਾਂ ਅਨਾਜ ਦੇ ਪੱਖੋਂ ਸਾਨੂੰ ਸੁਰੱਖਿਅਤ ਕਰਨ ਲਈ ਕਿਸਾਨ ਵੀ ਜ਼ਰੂਰੀ ਹੈ ਇਸ ਕਰਕੇ ਜਾਇ ਜਵਾਨ ਤੇ ਜਾਇ ਕਿਸਾਨ ਦਾ ਨਾਰਾ ਇਕੱਠਾ ਲੱਗਣਾ ਜ਼ਰੂਰੀ ਹੈ ਇਸ ਕਰਕੇ ਜੇ ਸਾਡੇ ਜਵਾਨਾਂ ਨੂੰ ਬਾਰਡਰ ਤੇ ਬੈਠਿਆਂ ਨੂੰ ਬਾਅਦ ਚਾਉਂਦੇ ਨੂੰ ਪੈਨਸ਼ਨ ਮਿਲਦੀ ਹੈ ਤਾਂ ਅਸੀਂ ਚਾਹੁੰਦੇ ਹਾਂ ਜੇ ਸਾਾਨੂੰ ਤੁਸੀਂ ਪੈਨਸ਼ਨ ਨਹੀਂ ਦੇ ਸਕਦੇ ਤਾਂ ਸਾਡੇ 70 70 ਸਾਲ ਅਸੀਂ 80 ਸਾਲ ਦੇ ਬਜ਼ੁਰਗ ਮਾਂ ਵਾਂ ਪੈਣਾ ਜਿਹੜੇ ਇੱਥੇ ਬੈਠੀਆਂ ਨੇ ਉਹਨੂੰ ਸਤਿਕਾਰ ਤਾਂ ਦਿਓ ਘਟੋ ਘਟ ਕਿ ਇਹਨਾਂ ਨੇ ਸਾਨੂੰ ਅਨਾਜ ਪੱਖੋਂ ਸੁਰੱਖਿਅਤ ਕੀਤਾ ਹੈ ਇਸ ਲਿਹਾਜ਼ ਨਾਲ ਤਾਂ ਫਰਜ਼ ਬਣਦਾ ਹੈ ਕਿ ਸਰਕਾਰ ਸਾਡੇ ਬਜ਼ੁਰਗਾਂ ਨੂੰ ਵੀ ਉਨੀ ਪੈਨਸ਼ਨ ਦੇਵੇ ਜਿੰਨੇ ਫੌਜੀਆ ਨੂੰ ਪੈਨਸ਼ਨ ਦਿੰਦੀ ਹੈ ਕਿਉਂਕਿ ਉਹਨਾਂ ਨੇ ਦੇਸ਼ ਬਾਹਰੋਂ ਸੁਰੱਖਿਅਤ ਕੀਤਾ ਅਸੀਂ ਦੇਸ਼ ਨੂੰ ਅੰਦਰੋਂ ਸੁਰੱਖਿਅਤ ਕੀਤਾ ਅਨਾਜ ਪੈਦਾ ਕਰਕੇ ਸੋ ਇਹ ਸਾਡੀ ਮੰਗ ਹੈ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਜਿਹੜੀ ਖੇਤੀਬਾੜੀ ਹੈ ਇਹ ਤੋਂ ਬਿਨਾ ਮੁਲਕ ਨਹੀਂ ਚੱਲ ਸਕਦਾ ਜਿਹੜੇ ਲੋਕ ਉੱਥੇ ਬਹਿ ਕੇ ਸਾਡੇ ਖਿਲਾਫ ਨੀਤੀਆਂ ਘੜਦੇ ਨੇ ਉਹ ਲੋਕ ਉਹਨਾਂ ਨੂੰ ਪੁੱਛਣਾ ਚਾਹੁੰਦੇ ਵੀ ਕੀ ਖਾਂਦੇ ਨੇ ਉਹ ਸਾਡਾ ਹੀ ਅਨਾਜ ਹੈ ਜਿਹੜੇ ਪੀਜੇ 버ਗਰਾਂ ਚ ਪੈਂਦਾ ਉਹ ਵੀ ਸਾਡੇ ਹੀ ਸਮਾਨ ਹੈ ਤੇ ਸਾਨੂੰ ਦੱਸਦੇ ਕਿ ਤੁਸੀਂ ਪੀਜੇ 버ਗਰ ਖਾਣੇ ਹੋ ਅਸੀਂ ਕੀ ਨਹੀਂ ਖਾ ਸਕਦੇ ਸੋ ਇਸ ਕਰਕੇ ਅਸੀਂ ਮਿਹਨਤ ਦਾ ਸ਼ਲੋਕ ਅੱਜ ਪੰਜਾਬ ਦਾ ਮਜ਼ਦੂਰ ਕਿਸਾਨ ਦੁਕਾਨਦਾਰ ਚਾਹੇ ਉਹ ਕੋਈ ਮੁਲਾਜ਼ਮ ਹੈ ਸਾਰੇ ਬਰ ਇਕੱਠੇ ਹੋ ਕੇ ਆਏ ਨੇ ਸਾਡੇ ਬਹੁਤ ਵੱਡੇ ਮੈਂ ਧੰਨਵਾਦ ਕਰਦਾ ਜਿਹੜੇ ਮਜ਼ਦੂਰ ਭਰਾ ਨੇ ਉਹ ਆਪਣੇ ਕੰਮ ਕਰ ਛੱਡ ਕੇ ਇੱਥੇ ਬੈਠੇ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਦੂਜਾ ਇੱਕ ਤੁਹਾਡੇ ਮਾਧਮ ਰਾਹੀਂ ਮੈਂ ਧੰਨਵਾਦ ਕਰਨਾ ਚਾਹੁੰਦਾ ਬਾਹਰਲੇ ਮੁਲਕਾਂ ਵਿੱਚ ਬੱਚੇ ਸਾਡੇ ਭੈਣ ਭਰਾਵਾਂ ਦਾ ਅਸੀਂ ਬਾਹਰਲੇ ਮੁਲਕਾਂ ਜਾਂਦੇ ਹਾਂ ਪਰ ਉਹ ਬੰਦੇ ਆਪਣੇ ਕੰਮ ਛੱਡ ਛੱਡ ਕੇ ਉੱਥੋਂ ਦੇ ਕੌਂਸੂਲੇਟਾਂ ਦੇ ਬਾਹਰ ਉੱਥੋਂ ਦੀਆਂ ਜਿਹੜੀਆਂ ਐਮਬੈਂਸੀਆਂ ਦੇ ਬਾਹਰ ਆ ਕੇ ਵੱਡੇ ਵੱਡੇ ਧਰਨੇ ਕਰਕੇ ਇਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਉਹਨਾਂ ਐਨ ਆਰ ਆਈ ਭੈਣ ਭਰਾਵਾਂ ਦਾ ਵੀ ਬਹੁਤ ਧੰਨਵਾਦ ਹੈ ਜਿਹੜੇ ਸਾਡੇ ਧੀਆ ਪੁੱਤ ਇਹ ਸਰਕਾਰ ਦੇ ਸਤਾਏ ਹੋਏ ਸਿਸਟਮ ਦੇ ਸਤਾਏ ਹੋਏ ਬਾਹਰਲੇ ਮੁਲਕਾਂ ਵਿੱਚ ਰੋਜੀ ਰੋਟੀ ਲੈ ਗਏ ਸੀ ਉੱਥੇ ਬੈਠੇ ਵੀ ਸਾਡੇ ਲਈ ਹਾਧਾ ਨਾਰਾ ਮਾਰਦੇ ਨੇ ਉਹਨਾਂ ਦਾ ਅਸੀਂ ਤੁਹਾਡੇ ਮਾਧਮ ਰਹੀ ਬਹੁਤ ਧੰਨਵਾਦ ਕਰਦੇ ਆਂ ਜونی ਸਾਹਿਬ ਇੱਕ ਜਦੋਂ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਸੰਘਰਸ਼ ਚੱਲਦਾ ਰਿਹਾ ਧਰਨੇ ਚੱਲਦੇ ਰਹੇ ਤੁਸੀਂ ਉਦੋਂ ਤੋਂ ਇਸ ਅਧੋਲਨ ਦੇ ਵਿੱਚ ਸ਼ਾਮਲ ਹੁੰਦੇ ਰਹੇ ਹੋ ਉਦੋਂ ਤੋਂ ਲੈ ਕੇ ਇੱਥੇ ਦਿੱਲੀ ਪਹੁੰਚਣ ਤੱਕ ਹੁਣ ਜਿਹੜਾ ਇਸ ਸੰਘਰਸ਼ ਦਾ ਜਿਹੜਾ ਹੈ ਆਪਣਾ ਕਿੱਥੇ ਵੇਖਦੇ ਹੋ ਇਹ ਸੰਘਰਸ਼ ਮੈਂ ਸਮਝਦਾ ਬਹੁਤ ਵੱਡਾ ਹੋਇਆ ਹੈ ਇਸ ਸੰਘਰਸ਼ ਵਿੱਚ ਉਹ ਜਿਹੜੀ ਵੱਡੀ ਸਾਨੂੰ ਤਾਕਤ ਮਿਲੀ ਹੈ ਉਹ ਸਾਡੀ ਭਾਈਚਾਰੇ ਦੀ ਤਾਕਤ ਹੈ ਅੱਜ ਸਾਰੇ ਹਿੰਦੁਸਤਾਨ ਦਾ ਭਾਈਚਾਰਾ ਅਸੀਂ ਇਕੱਠੇ ਬੈਠ ਕੇ ਰੋਟੀ ਖਾਂਦੇ ਆਂ ਇਕੱਠੇ ਬਹਿ ਕੇ ਗੱਲਾਂ ਕਰਦੇ ਆਂ ਜਿੰਨੀਆਂ ਵੀ ਸਟੇਟਾਂ ਨੇ ਹਿੰਦੁਸਤਾਨ ਦੀਆਂ ਬੇਸ਼ੱਕ ਸਾਰੀਆਂ ਸਾਨੂੰ ਮਾਨ ਦਿੰਦੀਆਂ ਨੇ ਕਿ ਪੰਜਾਬ ਸਾਡਾ ਬੜਾ ਭਾਈ ਹੈ ਪੰਜਾਬ ਨੇ ਲੀਡ ਕੀਤਾ ਇਸ ਮਸਲੇ 'ਚ ਪਰ ਸਾਰੀਆਂ ਸਟੇਟਾਂ ਨੇ ਆ ਕੇ ਸਾਨੂੰ ਨਾਲ ਸਹਾਇਕ ਦਿੱਤਾ ਸਾਰੇ ਸਾਡੇ ਭੈਣ ਭਰਾ ਨੇ ਅਸੀਂ ਸਾਰਿਆਂ ਨੇ ਬਰਾਬਰ ਹੱਕ ਮੰਗਣ ਲਈ ਬੈਠੇ ਆਂ ਅਸੀਂ ਇਕੱਲੇ ਪੰਜਾਬ ਹਰਿਆਣਾ ਲਈ ਨਹੀਂ ਬੈਠੇ ਸਾਰੀਆਂ ਸਟੇਟਾਂ ਲਈ ਹੱਕ ਮੰਗ ਲਏ ਆਂ ਤੇ ਇਸ ਕਰਕੇ ਸਾਰੀਆਂ ਸਟੇਟਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਇਹ ਸਾਡਾ ਭਾਈਚਾਰਾ ਜਿਹੜਾ ਕਰੋੜਾਂ ਅਰਬਾਂ ਮਿਲੀਅਨ ਬਿਲੀਅਨ ਡਾਲਰ ਨਾਲੋਂ ਵੀ ਵੱਡੀ ਕੀਮਤ ਆ ਜਿਹੜਾ ਭਾਈਚਾਰਾ ਸਾਨੂੰ ਵਾਪਸ ਮਿਲਿਆ ਹੈ ਜਿਹੜੇ ਲੋਕ ਸਾਨੂੰ ਪਾਰਨਾ ਚਾਹੁੰਦੇ ਸੀ ਹਰਿਆਣੇ ਨੂੰ ਕਿ ਹਰਿਆਣੇ ਦੇ ਪੰਜਾਬ ਦਾ ਪਾਣੀ ਦਾ ਮਸਲਾ ਹੈ ਪਰ ਅੱਜ ਅਸੀਂ ਇੱਕ ਬੈਠੇ ਆ ਅੱਜ ਹਰਿਆਣੇ ਦੇ ਬੰਦੇ ਸਾਡੇ ਨਾਲ ਬਹਿ ਕੇ ਕਹਿੰਦੇ ਨੇ ਕਿ ਸਾਨੂੰ ਪਾਣੀ ਦੀ ਲੋੜ ਨਹੀਂ ਸਾਡੇ ਬਾਰਡਰ ਖੋਲ ਦਿਓ ਸਾਡੇ ਪੰਜਾਬ ਨੂੰ ਮਹਾ ਪੰਜਾਬ ਬਣਾ ਦਿਓ ਅਸੀਂ ਉਹ ਪੰਜਾਬ ਲੈਣਾ ਚਾਹੁੰਦੇ ਆ ਸੋ ਇਹ ਭਾਈਚਾਰਕ ਜਿਹੜੀ ਸਾਂਝ ਹੈ ਦੂਜੀ ਗੱਲ ਹੈ ਸਾਡੀ ਜਿਹੜੀ ਜਵਾਨੀ ਖੜੀ ਹੈ ਤੁਸੀਂ ਸਾਰੇ ਬਾਰਡਰਾਂ ਦੇ ਘੁੰਮ ਦਿਓ ਅੱਜ ਹਰੇਕ ਬਾਰਡਰ ਤੇ 60% ਜਵਾਨੀ ਬੈਠੀ ਹੈ ਜਿਹੜੀ ਜਵਾਨੀ ਨੂੰ डील ਹੋ ਗਈ ਖਤਮ ਹੋ ਗਏ ਉਹ ਜਵਾਨੀ ਅੱਜ ਸਾਡੇ ਬਜ਼ੁਰਗਾਂ ਦੀ ਹੋਸ਼ ਤੋਂ ਕਮ ਲੈ ਕੇ ਆਪਣੇ ਜੋਸ਼ ਤੋਂ ਕਮ ਲੈ ਕੇ ਅੱਗੇ ਵੱਧ ਰਹੀ ਹੈ ਸਾਡੇ ਮੋਢੇ ਨਾਲ ਮੋਢਾ ਚੁੱਕ ਕੇ ਚੱਲ ਰਹੀ ਹੈ ਰੌਣੀ ਸਾਹਿਬ ਇੱਕ ਜਿਸ ਤਰ੍ਹਾਂ ਤੁਸੀਂ ਹੁਣ ਪੰਜਾਬ ਦੇ ਜਿਹੜੇ ਅਦੋਲਨ ਦੇਖ ਰਹੇ ਹੋ ਪੰਜਾਬ ਦੇ ਬਾਰਡਰ ਤੇ ਬੈਠੇ ਇੱਥੇ ਟਿੱਕਰੀ ਬਾਰਡਰ ਤੇ ਬੈਠੇ ਸਿੱਘੂ ਬਾਰਡਰ ਤੇ ਹੋਰ ਜਿਹੜੇ ਰਾਜਸਥਾਨ ਹੋ ਗਿਆ ਆਪਣਾ ਤੇ ਇਧਰ ਉੱਤਰ ਪ੍ਰਦੇਸ਼ ਹੋ ਗਿਆ ਉਹਨਾਂ ਬਾਰਡਰਾਂ ਦੇ ਉੱਤੇ ਤੁਸੀਂ ਜਾ ਕੇ ਆਏ ਹੋ ਉੱਥੇ ਕਿਹੋ ਜਿਹਾ ਮਾਹੌਲ ਬਹੁਤ ਅੱਛਾ ਮਾਹੌਲ ਹੈ ਜੀ ਮੈਂ ਉਹੀ ਗੱਲ ਕਹਿੰਨਾ ਹੈ ਕਿ ਸਾਰੇ ਜਿਹੜੇ ਭੈਣ ਭਰਾ ਨੇ ਬਿਨਾਂ ਕਿਸੇ ਜਿਹੜਾ ਬਾਬੇ ਨਾਨਕ ਦਾ ਸੀ ਫਲਸਫਾ ਦੀ ਗੱਲ ਕਰਦੇ ਸੀ ਨਾ ਬਾਬੇ ਨਾਨਕ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਉਹ ਸਰਬੱਤ ਦਾ ਭਲਾ ਸਾਨੂੰ ਇੱਥੇ ਦਿਖਦਾ ਨਜ਼ਰ ਆਉਂਦਾ ਅੱਜ ਨਾ ਕੋਈ ਕਿਸੇ ਨੂੰ ਇਹ ਪੁੱਛਦਾ ਕਿ ਤੇਰਾ ਧਰਮ ਕੀ ਹੈ ਨਾ ਕੋਈ ਕਿਸੇ ਨੂੰ ਇਹ ਪੁੱਛਦਾ ਕਿ ਤੇਰੀ ਜਾਤ ਕੀ ਹੈ ਤੂੰ ਕਿਹੜੇ ਫਿਰਕੇ ਦਾ ਹੈ ਜਿਹੜੇ ਫਿਰਕਿਆਂ 'ਚ ਜਿਹੜੇ ਜਾਤਾਂ 'ਚ ਜਿਹੜੇ ਧਰਮਾਂ 'ਚ ਸਾਨੂੰ ਇਹਨਾਂ ਲੋਕਾਂ ਨੇ ਬੰਨਣਾ ਚਾਹਿਆ ਸਿਆਸਤਦਾਨਾਂ ਨੇ ਅੱਜ ਅਸੀਂ ਉਹਨਾਂ ਤੋਂ ਬਾਹਰ ਆਏ ਆਂ ਅੱਜਕੱਲ੍ਹ ਹਿੰਦੁਸਤਾਨ ਦੀਆਂ ਸਿਆਸਤਾਂ ਨੂੰ ਫਿਕਰ ਖੜਾ ਹੋਇਆ ਪਿਆ ਕਿ ਸਾਡਾ ਬਣੂਗਾ ਕੀ ਵੋਟਾਂ ਮਿਲਿਆ ਸੀ ਕੀ ਮੂੰਹ ਲੈ ਕੇ ਲੋਕਾਂ ਜਾਵਾਂਗੇ ਸੋ ਇਹ ਭਾਈਚਾਰਾ ਸਾਨੂੰ ਬਹੁਤ ਵੱਡਾ ਮਿਲਿਆ ਦੂਜੀ ਗੱਲ ਮੈਂ ਜਿਹੜੀ ਦੱਸਣੀ ਚਾਹੁੰਦਾ ਕਿ ਅਸੀਂ ਜਿਹੜੇ ਪੰਜਾਬ ਜਾਂ ਦੂਜੀਆਂ ਸਟੇਟਾਂ ਦੇ ਲੋਕ ਇੱਥੇ ਬੈਠੇ ਆ ਜਿਹੜੇ ਜਾਗਰੂਪ ਲੋਕ ਸੀ ਜਥੇਬੰਦੀਆਂ ਨਾਲ ਜੁੜੇ ਲੋਕ ਸੀ ਉਹ ਇੱਥੇ ਬੈਠੇ ਨੇ ਅੱਜ ਵੀ ਪੰਜਾਬ 'ਚ ਜਦੋਂ ਕੋਈ ਗਲਤ ਅਨਸਰ ਕੋਈ ਗਲਤ ਕੰਮ ਕਰਦਾ ਹੈ ਕੋਈ ਬੀਜੇਪੀ ਦਾ ਲੀਡਰ ਉੱਥੇ ਗਲਤੀ ਆ ਕੇ ਮੀਟਿੰਗ ਕਰਨ ਦੀ ਕੋਸ਼ਿਸ਼ ਕਰਦਾ ਤਾਂ ਜਿਹੜੇ ਬੰਦਿਆਂ ਨੂੰ ਅਸੀਂ ਕਦੇ ਮੀਟਿੰਗਾਂ 'ਚ ਨਹੀਂ ਦੇਖਿਆ ਉਹ ਬੰਦੇ ਜਾ ਕੇ ਉਹਨਾਂ ਨੂੰ ਘੇਰਦੇ ਨੇ ਉਹ ਕਹਿੰਦੇ ਨੇ ਕਿ ਸਾਡੇ ਭਰਾ ਸਾਡੇ ਭੈਣ ਭਰਾ ਚਾਚੇ ਤਾਏ ਉੱਥੇ ਬੈਠੇ ਨੇ ਮਾਮਾ ਉੱਥੇ ਬੈਠੀਆਂ ਤੁਹਾਡਾ ਕੀ ਮਤਲਬ ਇੱਥੇ ਆ ਕੇ ਪ੍ਰਚਾਰ ਕਰਨਾ ਉੱਥੇ ਜਾ ਕੇ ਉੱਥੇ ਆ ਕੇ ਪ੍ਰਚਾਰ ਕਰੋ ਸੋ ਇਹ ਇੱਕ ਬਹੁਤ ਵੱਡੀ ਜਾਗਰੂਕਤਾ ਹੋਈ ਹੈ ਮੈਂ ਸਾਹਮਣੇ ਲੋਕ ਆਪ ਮੁਹਾਰੇ ਆਏ ਨੇ ਜਿੰਨੇ ਲੋਕ ਇੱਥੇ ਬੈਠੇ ਨੇ ਉਹਨਾਂ ਨੂੰ ਕਿਸੇ ਨੇ ਇਹ ਕਹਿ ਕੇ ਨਹੀਂ ਬੁਲਾਇਆ ਕਿ ਤੁਹਾਨੂੰ दारू ਪਲਾਵਾਂਗੇ ਤੁਹਾਨੂੰ ਪੈਸੇ ਵੰਡਾਂਗੇ ਤੁਹਾਨੂੰ ਕੋਈ ਲਾਲਚ ਦੇਵਾਂਗੇ ਉਹ ਆਪ ਮੁਹਾਰੇ ਆਏ ਨੇ ਆਪਣੇ ਹੱਕਾਂ ਪ੍ਰੋਤਿ ਜਾਗਰੂਕ ਹੋ ਕੇ ਆਏ ਨੇ ਪਰ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਵੀ ਰਾਜਸੀ ਪਾਰਟੀਆਂ ਨੇ ਜਦੋਂ ਉਹਨਾਂ ਨੇ ਆਪਣੀ ਕੋਈ ਰੈਲੀ ਕਰਨੀ ਇਕੱਠ ਕਰਨੀ ਹੈ ਉਹਨਾਂ ਨੂੰ ਆਪਣੇ ਇਕੱਠ ਕਰਨ ਲਈ ਪੈਸੇ ਬਣਨੇ ਪੈਂਦੇ ਨੇ ਸ਼ਰਾਬਾਂ ਬਣਨੀਆਂ ਪੈਂਦੀਆਂ ਪਰ ਇਹ ਇਕੱਠ ਹੈ ਜਿਹੜਾ ਇਹ ਲੋਕਾਂ ਦਾ ਆਪ ਮੁਹਾਰਾ ਇਕੱਠ ਹੈ ਲੋਕ ਜਾਗਰੂਕ ਹੋਏ ਨੇ ਆਪਣੇ ਹੱਕਾਂ ਲਈ ਲੜਨ ਲਈ ਅੱਗੇ ਵਧੇ ਨੇ ਰੌਣੀ ਸਾਹਿਬ ਜਿਸ ਤਰ੍ਹਾਂ ਹੁਣ ਕਲਾਕਾਰਾਂ ਨੇ ਕਿਸਾਨੀ ਤੇ ਗੀਤ ਗਾਏ ਨੇ ਕ੍ਰਤੀਕਾਰੀ ਗੀਤ ਗਾਏ ਨੇ ਉਸੇ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਲੋਕਾਂ ਨੂੰ ਕਿਸਾਨਾਂ ਨੂੰ ਹੌਸਲੇ ਕਰ ਵਧਾਉਣ ਵਾਸਤੇ ਕੋਈ ਫਿਲਮ ਵਗੈਰਾ ਵੀ ਇਸ ਤਰ੍ਹਾਂ ਦੀ ਕੋਈ ਬਣਾਉਣੇ ਜਾ ਰਹੇ ਹੋ ਬਹੁਤ ਸਾਰੀਆਂ ਫਿਲਮਾਂ ਹੋਣਗੀਆਂ ਜੀ ਇਹ ਇਤਿਹਾਸ ਲਿਖਿਆ ਜਾਣਾ ਹੈ ਵੱਡਾ ਇਤਿਹਾਸ ਕਿਉਂਕਿ ਦੁਨੀਆ ਦੇ ਕੋਹਾਂ ਚ ਇਹ ਬੰਨਾ ਹੈ ਇਹ ਇੱਕ ਸਦੀ ਇੱਕ ਸਦੀ ਇਤਿਹਾਸ ਲੋਕਾਂ ਨੂੰ ਮੂੰਹ ਜਵਾਨੀ ਯਾਦ ਰੱਖੂਗਾ ਉਸ ਤੋਂ ਬਾਅਦ ਕਿਤਾਬਾਂ ਚ ਪੜਿਆ ਕਰਨਗੇ ਇਹਦੇ ਤੇ ਫਿਲਮਾਂ ਬਣਨਗੀਆਂ ਜਿਹੜਾ ਜਾਂ ਮਾਹੌਲ ਹੁੰਦਾ ਕਲਾਕਾਰ ਉਹ ਜੀ ਚੀਜ਼ ਪੇਸ਼ ਕਰੂਗਾ ਉਹ ਬੱਖ ਨਹੀਂ ਪੇਸ਼ ਕਰ ਸਕਦਾ ਅੱਜ ਕੋਈ ਵੀ ਗਾਉਣ ਵਾਲਾ ਬੰਦਾ ਹਥਿਆਰਾਂ ਦੀ ਗੀਤ ਨਹੀਂ ਗਾ ਸਕਦਾ ਕੋਈ ਲੱਚਰ ਗੀਤ ਨਹੀਂ ਗਾ ਸਕਦਾ ਜੇ ਜੁੱਤੀਆਂ ਪਹਿਨਣਗੇ ਆਉਂਦੇ ਪਰ ਦੇਖੋ ਮਾਹੌਲ ਦੇ ਨਾਲ ਕਿਉਂਕਿ ਅਸੀਂ ਲੋਕਾਂ ਦੇ ਕਲਾਕਾਰਾਂ ਸਾਰੇ ਸਾਡੇ ਜਿਹੜੇ ਸਿੰਗਰ ਭਰਾ ਨੇ ਲੋਕਾਂ ਦੇ ਕਲਾਕਾਰ ਨੇ ਉਹਨਾਂ ਨੇ ਉਹੀ ਗੀਤ ਗਾਏ ਕਿਸਾਨੀ ਦੇ ਗੀਤ ਗਾਏ ਅੱਜ ਸਾਡੇ ਕੋਈ ਵਿਆਹ ਹੁੰਦਾ ਸਾਡੀਆਂ ਮਾਮਾ ਭੈਣਾਂ ਦੀਆਂ ਬੋਲੀਆਂ ਬਦਲ ਗਈਆਂ ਗਿੱਧੇ ਵਿੱਚ ਬੋਲੀਆਂ ਵੀ ਕਿਸਾਨੀ ਦੀਆਂ ਪੈਂਦੀਆਂ ਨੇ ਇਸੇ ਤਰ੍ਹਾਂ ਜਦੋਂ ਕੋਈ ਜਨ ਚੜਦੀ ਹੈ ਤਾਂ ਜਿਹੜਾ ਮੁੰਡੇ ਜਨ ਚੜਦੀ ਉਹ ਮੁੰਡਾ ਇਹ ਕਹਿੰਦਾ ਕਿ ਮੈਂ ਜਨ ਚਾਂਚ ਲੂਗੀ ਮੇਰੀ ਜੇ ਮੇਰੀ ਜਾਂਦੇ ਵਿੱਚ ਛੰਡੇ ਜੁਨੀਅਨ ਦੇ ਹੋਣਗੇ ਛੰਡੇ ਲੈ ਕੇ ਜਾਵਾਂਗੇ ਵਿਆਹਾਂ ਦੇ ਵਿੱਚ ਗੋਲਕਾਂ ਰੱਖੀਆਂ ਜਾਂਦੀਆਂ ਨੇ ਕਿ ਜਿੰਨਾ ਪੈਸਾ ਇਕੱਠਾ ਹੋਊਗਾ ਅਸੀਂ ਸਾਰਾ ਉੱਥੇ ਬਾੜਾਂ ਤੇ ਦੇ ਕੇ ਆਉਣਾ ਸੋ ਇਹ ਮਾਹੌਲ ਸਾਰਾ ਚੇਂਜ ਹੋਇਆ ਸਾਰਾ ਕੁਝ ਬਦਲਿਆ ਜੀ ਮਾਹੌਲ ਦੇ ਨਾਲ ਇਹ ਸਾਨੂੰ ਬਲਕੀਸ਼ ਜਿਹੜਾ ਇਹ ਕਿਸਾਨੀ ਅੰਦੋਲਨ ਜਿਹੜਾ ਭਖ ਚੁੱਕਿਆ ਤੇ ਇਹ ਜਿੱਤ ਵੱਲ ਜਾ ਰਿਹਾ ਹੈ ਅਸੀਂ ਗੱਲ ਕਰਾਂਗੇ ਕਿਸਾਨ ਜੂਨੀਅਰ ਇਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮਰਜੀਤ ਸਿੰਘ ਜੀ ਨਾਲ ਉਹ ਕਾਫੀ ਕਈ ਜਿਸ ਤੋਂ ਜਦੋਂ ਦਾ ਇਹ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਦੋਂ ਤੋਂ ਹੀ ਇਹ ਬਹੁਤ ਇਹਦੀ ਅਗਵਾਈ ਕਰ ਰਹੇ ਨੇ ਅਤੇ ਕਿਸਾਨਾਂ ਨੂੰ ਉਹਨਾਂ ਦੇ ਨਾਲ ਹਰ ਮੁਸ਼ਕਲ ਦੇ ਉਹਨਾਂ ਦੀ ਜਿਹੜੀ ਹੈ ਹੱਲ ਕਰ ਰਹੇ ਨੇ ਤੇ ਹੌਸਲੇ ਵਧਾ ਕੇ ਇੱਥੇ ਲੈ ਕੇ ਆਏ ਨੇ ਉਹਨਾਂ ਨਾਲ ਗੱਲ ਕਰਾਂ ਜੀ ਹਾਂਜੀ ਸਵਾਗਤ ਹੈ ਜੀ ਤੁਹਾਡਾ ਜੀਤ ਵੈਪਟਿਵ ਤੇ ਧੰਨਵਾਦ ਜੀ हां जी ਜਿਸ ਤਰ੍ਹਾਂ ਹੁਣ ਇਸ ਕਿਸਾਨੀ ਅਦੋਲਨ ਦੇ ਵਿੱਚ ਕਲਾਕਾਰ ਫਿਲਮੀ ਅਦਾਕਾਰ ਆ ਰਹੇ ਨੇ ਕੀ ਫਰਕ ਪਿਆ ਦੇਖੋ ਫਰਕ ਤਾਂ ਇਹ ਵੀ ਜਿਹੜਾ ਸੰਘਰਸ਼ ਲਗਾਤਾਰ ਪੰਜਾਬ ਦੇ ਵਿੱਚ ਉੱਠਿਆ ਹੋਇਆ ਪੰਜ 6 ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਹੈ ਇਹਦੇ ਵਿੱਚ ਕੁੱਲ ਲਕਾਈ ਫਿਲਮੀ ਅਦਾਕਾਰ ਨੇ ਕਲਾਕਾਰ ਨੇ ਜਿੰਨੇ ਵੀ ਵੀਰ ਹੈਗੇ ਨੇ ਕੋਈ ਮੁਲਾਜ਼ਮ ਨੇ ਮਜ਼ਦੂਰ ਨੇ ਹਰ ਇੱਕ ਵਰਗ ਤੋਂ ਇਸ ਸੰਘਰਸ਼ ਨੂੰ ਵੱਡੇ ਪੱਧਰ ਤੇ ਹੰਗਾਰਾ ਮਿਲ ਰਿਹਾ ਕਿਉਂਕਿ ਜਿਹੜੀ ਇਹ ਲੜਾਈ ਹੈ ਇਹ ਇਕੱਲੀ ਕਿਸਾਨਾਂ ਦੀ ਨਹੀਂ ਰਹੀ ਇਹ ਪੂਰੇ ਦੇਸ਼ ਦੀ ਪੂਰੇ ਲੋਕਾਂ ਦੀ ਲੜਾਈ ਹੋਈ ہوئی ਆ ਬਲਡ ਟੁੱਕੇ ਲੜਾਈ ਦਾ ਆਗਾਜ਼ ਹੋਇਆ ਵੱਡੇ ਪੱਧਰ ਤੇ ਫੋਰਨ ਕੰਟਰੀਆਂ ਚ ਜਿੱਨੇ ਸਾਡੇ ਪੰਜਾਬ ਦੇ ਵਾਸੀ ਬਸੇ ਨੇ ਜਾਂ ਉਧਰ ਦੇ ਲੋਕ ਨੇ ਓਡਾ ਹੰਗਾਰਾ ਮਿਤ ਰਹਿ ਕਿ ਜਿੱਡੇ ਵੱਡੇ ਹਮਲੇ ਸਰਕਾਰਾਂ ਦੇ ਨੇ ਉਹਨਾਂ ਨੂੰ ਠੱਲਣ ਵਾਸਤੇ ਇਹਦੇ ਵਿੱਚ ਕੁੱਲ ਲਗਾਈ ਦਾ ਵੱਡਾ ਯੋਗਦਾਨ ਹੈ ਕਿਉਂਕਿ ਜਿਹੜੇ ਵੀ ਆਪਣੇ ਫਿਲਮੀ ਸtare ਨੇ ਕਲਾਕਾਰ ਨੇ ਜਾਂ ਫਿਲਮੀ ਆਪਣੇ ਹੀਰੋ ਨੇ ਉਹ ਇਹ ਸੰਘਰਸ਼ ਦੇ ਵਿੱਚ ਪਹੁੰਚੇ ਨੇ ਜਿੰਨੀ ਸਾਡੀ ਨੌਜਵਾਨੀ ਆ ਉਹ ਚੰਗੇ ਪਾਸੇ ਪ੍ਰੇਰਿਤ ਹੋ ਰਹੀ ਆ ਚੰਗੀਆਂ ਗੱਲਾਂ ਨੇ ਸੁਣਦੇ ਨੇ ਕਿਉਂਕਿ ਉਹ ਕਿੱਤਾ ਵੱਡਾ ਕਿਸਾਨੀ ਨਾਲ ਜੁੜਿਆ ਹੋਇਆ ਹੈ। ਹਾਂਜੀ। ਇੱਕ 26 ਜਨਵਰੀ ਨੂੰ ਲੈ ਕੇ ਜਿਹੜਾ ਅ ਅਪਰੇਡ ਕਰ ਰਹੀ ਹੈ ਇੱਕ ਟਰੈਕਟਰ ਪਰੇਡ ਹੈ। ਉਹਦੇ ਵਿੱਚ ਪੰਜਾਬ ਦੇ ਵਿੱਚ ਕੁਝ ਅਜੀਹਾ ਮਾਹੌਲ ਬਣਿਆ ਹੋਇਆ ਹੈ। ਨੌਜਵਾਨਾਂ ਵਿੱਚ ਖਾਸ ਕਰਕੇ ਵੀ ਕਿਸ ਤਰ੍ਹਾਂ ਜਿਸ ਤਰ੍ਹਾਂ ਅਟੈਕ ਕਰਨਾ ਹੋਵੇ ਦਿੱਲੀ ਤੇ। ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦਾ ਇਹ ਪਰੇਡ ਹੋ ਰਹੀ ਹੈ? ਦੇਖੋ ਜਿਹੜੀ 26 ਤਰੀਕ ਨੂੰ ਆਪਰੇਟ ਕਰਨ ਵਾਲਾ ਸੱਦਾ ਦਿੱਤਾ ਹੋਇਆ 7 ਤਰੀਕ ਨੂੰ ਉਹ ਵੱਡਾ ਮਾਰਚ ਕੀਤਾ ਸੀ ਇਧਰੋਂ ਸ਼ਿੰਗੂ ਬਾਰਡਰ ਤੇ ਉਧਰੋਂ ਟਿੱਕਰੀ ਵਾਲੇ ਬਾਰਡਰ ਤੇ ਸਾਂਝਾ ਜਥੇਬੰਦੀਆਂ ਨੇ ਉਹਦੇ ਵਿੱਚ ਇਹ ਐਲਾਨ ਹੋਇਆ ਕਿ 26 ਤਰੀਕ ਨੂੰ ਉਸ ਦਿਨ ਟਰੇਲਰ ਦਿਖਾਇਆ ਤੇ ਫਿਲਮ ਉਹਦੇ ਦਿਖਾਉਣੀ ਬਾਕੀ ਹੈ ਪਰ ਇਹ ਕੋਈ ਸਾਡੀ 26 ਤਰੀਕ ਵਾਲਾ ਆਖਰੀ ਪੜਾ ਨਹੀਂ ਹੈਗਾ ਕਿ ਲੜਾਈ ਦਾ ਇਹ ਅੰਤ ਹੀ ਆ ਇਹਦਾ ਇੱਕ ਨੌਜਵਾਨਾਂ ਵੱਲੋਂ ਜੰਨੀ ਗੱਲਾਂ ਇਹ ਕੁਝ ਕੇਜੰਸੀਆਂ ਵੱਲੋਂ ਕਹਿ ਲਈਏ ਸਰਕਾਰ ਦੀਆਂ ਚਾਲਾਂ ਕਹਿ ਲਈਏ ਜਦੋਂ ਦਾ ਇਹ ਐਲਾਨ ਵੀ ਹੋਇਆ ਵੀ 26 ਤਰੀਕ ਨੂੰ ਆਪਰੇਟ ਕਰਾਉਣੀ ਹੈ ਠੀਕ ਹੈ ਉਹਦੇ ਨਾਲ ਸਾਡੇ ਨੌਜਵਾਨਾਂ ਦੇ ਵਿੱਚ ਜੋਸ਼ ਹੈ ਪੂਰੀ ਤਿਆਰੀ ਨਾਲ ਉਹ ਪੰਜਾਬ ਦੇ ਵਿੱਚੋਂ ਪਹੁੰਚ ਰਹੇ ਨੇ ਪਰ ਐਵੇਂ ਕੋਈ ਗੱਲ ਨਹੀਂ ਹੈਗੀ ਕਿ ਆਖਰੀ ਲੜਾਈ ਕਰਕੇ ਅਸੀਂ ਬੈਰੀਕੇਡ ਤੋੜ ਕੇ ਜਾਂ ਆਪ ਮਹਾਰਤਾ ਦੇ ਨਾਲ ਦਿੱਲੀ ਤੇ ਕਬਜ਼ਾ ਕਰਨਾ ਉਹਦੇ ਨਾਲ ਸਾਡੇ ਮਸਲੇ ਨੇ ਜਿਹੜੇ ਹੱਲ ਨਹੀਂ ਹੋਣ ਵਾਲੇ ਇਹ ਸੰਘਰਸ਼ ਨੂੰ ਇੱਕ ਜੇ ਇਸ ਤਰ੍ਹਾਂ ਦੀ ਕੋਈ ਗੱਲ ਸਾਡੇ ਨੌਜਵਾਨਾਂ ਵੱਲੋਂ ਹੁੰਦੀ ਹੈ ਬੈਸ ਤਾਂ ਉਹ ਸੂਝਵਾਨ ਨੇ ਕਹਿਣੇ ਚ ਨੇ ਸਮਝਦੇ ਨੇ ਗੱਲਾਂ ਵੀ ਇਹ ਅੰਦੋਲਨ ਆਪਣਾ ਸਿਰੇ ਆ ਆਪਾਂ ਪੌੜੀ ਦੇ ਉਸ ਸਟੰਬੇ ਤੇ ਖੜੇ ਆ ਸਿਖਰ ਵਾਲੇ ਤੇ ਕਿ ਲੜਾਈ ਜਿੱਤਾਂ ਵਾਲੇ ਪਾਸੇ ਆ ਪਰ ਉਹ ਜਿੰਨੀਆਂ ਗੱਲਾਂ ਹੁਣ ਉਹਨਾਂ ਨੂੰ ਗੰਨਾਂ ਨੇ ਜਾਂ ਸਮਝਾਈਆਂ ਨੇ ਉਹ ਸਮਝੇ ਨੇ ਸਾਡੇ ਵੀਰ ਉਹ ਇਸ ਤਰੀਕੇ ਨਾਲ ਤਿਆਰੀ ਕਰ ਕੇ ਕਹਿ ਰਹੇ ਨੇ ਵੀ ਜਿਹੜੀ ਪਰੇਡ 26 ਤਰੀਕ ਨੂੰ ਅਸੀਂ ਟਰੈਕਟਰਾਂ ਦੀ ਕਰਾਉਣੀ ਹੈ ਉਹਦੇ ਨਾਲ ਕਿੰਨੇ ਛਿਗਾਰੇ ਹੋ ਟਰੈਕਟਰ ਨੇ ਕਿੰਨੀ ਸ਼ਾਂਤਮਈ ਤਰੀਕੇ ਨਾਲ ਆ ਰਹੇ ਨੇ ਉਹ ਇੱਕ ਸਰਕਾਰ ਨੂੰ ਦਿਖਾਉਣਾ ਹੈ ਵੀ ਅਸੀਂ ਦਿੱਲੀ ਤੇ ਦਾ ਕਬਜ਼ਾ ਕਰ ਵੀ ਲੈਨੇ ਆ ਜੇ ਅਸੀਂ ਇੱਕ ਵਾਰੀ ਇਧਰੋਂ ਐਲਾਨ ਕਰਦੇ ਆ ਪਰ ਜਿਹੜਾ ਇਹ ਪਰੇਡ ਵਾਲਾ ਕੰਮ ਹੈ ਦਿਖਾਉਣਾ ਚਾਹੁੰਦੇ ਆ ਉਹ ਸਰਕਾਰ ਨੂੰ ਕਿ ਜਿਹੜੀ ਨੂੰ ਇਹ ਭਲੇਖੇ ਹੋਣ ਕਿ ਪੰਜਾਬ ਦੇ ਨੌਜਵਾਨ ਕਿੱਲੋ ਹਰਿਆਣੇ ਦੇ ਕਿੱਲੋ ਜੇ ਨਿਛੇੜੀ ਨੇ ਜੇ ਪੜ੍ਹਾਈ ਲਿਖੀ ਜਵਾਨੀ ਬਾਹਰ ਤੁਰ ਗਈ ਹੈ ਉਹਦਾ ਸਾਡਾ ਸ਼ਾਂਤਮਈ ਤਰੀਕੇ ਵਾਲਾ ਹੋਣਾ ਨੌਜਵਾਨਾਂ ਨੂੰ ਤਾਂ ਮੈਂ ਇਹੀ ਕਹਿਣਾ ਚਾਹਨਾ ਕਿ ਉਹ ਪੂਰਾ ਸ਼ਾਂਤਮਈ ਤਰੀਕੇ ਨਾਲ ਆਉਣ ਕਿਉਂਕਿ ਲੜਾਈ ਆ ਜਿਹੜੀ ਵੱਡੇ ਪੱਧਰ ਤੇ ਕੁੱਲ ਲਕਾਈ ਦੀ ਆ ਇਹ ਆਪਣੀ ਜਿੱਤ ਵਾਲੇ ਪਾਸੇ ਵਧੀਆ ਜਿੰਨਾ ਸ਼ਾਂਤਮਈ ਤਰੀਕੇ ਨਾਲ ਆਪਾਂ ਬੈਠਾਏ ਸਰਕਾਰ ਤੋਂ ਛੱਲਿਆ ਨਹੀਂ ਜਾ ਰਿਹਾ ਇਨੂੰ ਖਿਲਾਰਨ ਵਾਸਤੇ ਬੜੀਆਂ ਅਜਹੀਆਂ ਅਜਹੀਆਂ ਚਾਲਾਂ ਸਰਕਾਰਾਂ ਨੇ ਚਲਣੀਆਂ ਨੇ ਜਿਹੜੀਆਂ ਐਵੇਂ ਅਫਵਾਹਾਂ ਫਲਾਉਣੀਆਂ ਨੇ ਕਿ 26 ਤਰੀਕ ਨੂੰ ਅਸੀਂ ਦਿੱਲੀ ਤੇ ਕਬਜ਼ਾ ਕਰਨਾ ਹੈ ਲਾਲ ਕਿਲੇ ਤੇ ਝੰਡਾ ਚੜਾਉਣਾ ਉਹ ਸਾਡਾ ਕੋਈ ਆਖਰੀ ਲੜਾਈ ਦਾ ਫੈਸਲਾ ਨਹੀਂ ਹੈਗਾ ਲੜਾਈ ਇਸ ਤੋਂ ਵੀ ਅੱਗੇ ਚੱਲਣੀ ਹੈ ਪਰ ਉਹ ਸ਼ਾਂਤਮਈ ਤਰੀਕੇ ਨਾਲ ਅਸੀਂ ਜੋ ਕਰਨਾ ਹੈ ਉਹ ਰਿੰਗ ਰੋਡ ਤੇ ਅਸੀਂ ਸਰਕਾਰ ਨਾਲ ਗੱਲ ਕੀਤੀ ਆ ਤੇ ਮੰਗ ਰੱਖੀ ہوئی ਆ ਕਿ ਰਿੰਗ ਰੋਡ ਦਿਓ ਅਸੀਂ ਆਪਣਾ ਪ੍ਰਦਰਸ਼ਨ ਉਧਰ ਕਰਨਾ ਉਹ ਮਸਲਾ ਹੱਲ ਹੋ ਜਾਣਾ ਉੱਥੇ ਠੰਡੇ ਤਰੀਕੇ ਨਾਲ ਹੀ ਹੋਣਾ ਇਹਨਾਂ ਜ਼ਿਲ੍ਹਾ ਪ੍ਰਧਾਨ ਮਰਜੀਤ ਸਿੰਘ ਜੀ ਨਿਹਾਲ ਜਿਨ੍ਹਾਂ ਨੇ ਦੱਸਿਆ ਕਿ ਇਹ ਜਿਹੜੀ ਇਹ ਕਿਸਾਨੀ ਅਧੋਲਣ ਦਾ ਹੀ ਸੰਘਰਸ਼ ਹੈ ਇਹ ਜਿਹੜਾ ਛਾਤਮਈ ਬੜਾ ਲੰਬਾ ਚੱਲਣ ਵਾਲਾ ਹੈ ਜਿੰਨਾ ਜਿੱਤ ਕਿਸਾਨਾਂ ਦੀ ਨਹੀਂ ਹੁੰਦੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ